ਪਾਪਾ ਬਾਹਰ ਗਏ ਸੀ ਕੰਮ ਕਰ ਵਾਸਤੇ ਤੇ ਮੇਰੇ ਪਾਪਾ ਦੀ ਉੱਥੇ ਮੌਤ ਹੋ ਚੁੱਕੀ ਪਹਿਲਾਂ ਉਹ ਬਿਮਾਰ ਸੀਗੇ ਔਰ ਉਹਨਾਂ ਨੇ ਉੱਥੇ ਡੇਢ ਮਹੀਨਾ ਹੋ ਚੁੱਕਿਆ ਉਹਨਾਂ ਨੂੰ ਹੋਸਪਿਟਲ ਵਿੱਚ ਰੱਖਿਆ ਕੱਲ੍ਹ ਦੀ ਉਹਨਾਂ ਦੀ ਮੌਤ ਹੋ ਚੁੱਕੀ ਆ ਅਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨੂੰ ਆਖਰੀ ਵਾਰ ਦੇਖਣਾ ਚਾਹੁੰਦੇ ਹਾਂ ਅਤੇ ਅਸੀਂ ਪੰਜਾਬ ਸਰਕਾਰ ਵੱਲੋਂ ਹੱਥ ਜੋੜ ਕੇ ਬੇਨਤੀ ਕਰਦੇ ਕਿ ਮੇਰੇ ਪਾਪਾ ਨੂੰ ਵਾਪਸ ਬੁਲਾ ਦੇਣ ਅਸੀਂ ਉਹਨਾਂ ਨੂੰ ਆਖਰੀ ਵਾਰ ਵੇਖ ਸਕੀਏ ਸੀ ਮੇਰੇ ਛੋਟੇ ਭਰਾ ਵਾਸਤੇ ਮੇਰਾ ਭਰਾ ਉਹਨਾਂ ਨਾਲ ਗੱਲ ਕਰਦਾ ਸੀ ਫੋਨ 'ਤੇ ਮੇਰੇ ਭਰਾ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਪਾਪਾ ਮੇਰੇ ਵਾਸਤੇ ਜਹਾਜ਼ ਲੈ ਕੇ ਆਇਓ ਪਾਪਾ ਨੇ ਕਿਹਾ ਸੀਗਾ ਲੈ ਕੇ ਆਵਾਂਗੇ ਪਰ ਹੁਣ ਨਹੀਂ ਲੱਗਦਾ ਕਿ ਲੈ ਗਏ ਅੱਜ ਉਹਨੇ ਵਾਪਸ ਆਉਣਾ ਸੀਗਾ ਅਤੇ ਕੱਲ੍ਹ ਉਹਨਾਂ ਨੂੰ 3-4 ਵਜੇ ਤੱਕ ਮੈਸੇਜ ਆ ਗਿਆ ਤੁਹਾਡੇ ਮੁੰਡੇ ਦੀ ਡੈਥ ਹੋ ਚੁੱਕੀ ਹੈ ਅਤੇ ਜਿਹਦੇ ਕਰਕੇ ਸਾਰਾ ਪਿੰਡ ਸੋਗ 'ਚ ਪੈ ਗਿਆ ਵੀ ਬਣਿਆ ਕੀ विदेश तो दुखदाई खबर सामने आई है जिथे गुरदासपुर दे 40 साल दे व्यक्ति दी बीमारी कारण मौत हो गई। जानकारी अनुसार मृतक तकरीबन 3 साल पहला रोजी रोटी कमाउन लई कुवैत गया सी पर ओ पिछले 1 महीने तो बीमार चल रहा सी जिस कारण 2 दिन पहला ही उसकी कंपनी ने उसनु वापिस भारत भेजन लई टिकट करवाई सी पर सवेर वेले ही उसकी मौत हो गई। उधर मृतक दे परिवारक मेंबरां ने सरकार नूं अपील कीती है कि उन्हां दे पुत्तर दी मृतक देह भारत लैंदी जावे ताकि ओह उसदा अंतिम संस्कार कर सकण। मेरे पापा बाहर गए सी काम कर वास्ते ते मेरे पापा दी उत्थे मौत हो चुकी पहला ओह बीमार सीगे और उन्हां ने उत्थे डेढ़ महीना हो चुका उन्हां नूं हॉस्पिटल विच रख्या कल दी उन्हां दी मौत हो चुकी आ ते असीं चाहुंदे आ कि असीं उन्हां नूं आखरी वार देखणा चाहुंदे आ ते असीं पंजाब सरकार वल्लों हत्थ जोड़ के बेनती करदे कि मेरे पापा नूं वापस बुला देण असीं उन्हां नूं आखरी वार वेख सकीए प्लीज। 1 साल पहला की कह के गए तुहाडे वास्ते की लिआवां कह के गए ਕਹਿ ਕੇ ਗਏ ਸੀ ਕਿ ਮੇਰੇ ਛੋਟੇ ਭਰਾ ਵਾਸਤੇ ਮੇਰਾ ਭਰਾ ਉਹਨਾਂ ਨਾਲ ਗੱਲ ਕਰਦਾ ਸੀ ਫੋਨ 'ਤੇ ਮੇਰੇ ਭਰਾ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਪਾਪਾ ਮੇਰੇ ਵਾਸਤੇ ਜਹਾਜ਼ ਲੈ ਕੇ ਆਇਓ ਪਾਪਾ ਨੇ ਕਿਹਾ ਸੀਗਾ ਲੈ ਕੇ ਆਵਾਂਗੇ ਪਰ ਹੁਣ ਨਹੀਂ ਲੱਗਦਾ ਕਿ ਲੈ ਗਏ। ਕੀ ਮੰਗ ਕਰਦੇ ਹੋ ਪਾਪਾ ਕਰਦੇ? ਮੈਂ ਸਿਰਫ ਇਹ ਚਾਹੁੰਦੀ ਹਾਂ ਕਿ ਮੇਰੇ ਪਾਪਾ ਨੂੰ ਆਖਰੀ ਵਾਰ ਮੇਰੇ ਕੋਲ ਲੈ ਆਇਓ। ਮੇਰੀ ਮੰਮਾ ਵੀ ਬਹੁਤ ਬਿਮਾਰ ਹੋ ਚੁੱਕੀ ਆ, ਉਹਨਾਂ ਦੀ ਹਾਲਤ ਮੇਰੇ ਕੋਲ ਨਹੀਂ ਵੇਖੀ ਜਾਂਦੀ। ਪਲੀਜ਼ ਮੇਰੇ ਪਾਪਾ ਨੂੰ ਆਖਰੀ ਵਾਰ ਸਾਨੂੰ ਵੀ ਕਾਦਰ ਸਾਡੇ ਕੋਲ ਲੈ ਆਓ। ਇਹੋ ਹੀ ਪਰਿਵਾਰ ਹੀ ਸਿਰਫ ਇਹਦੇ ਵਿੱਚ ਉਹੀ ਮੁੰਡਾ ਸੀ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਸੀ, ਬਾਕੀ ਪਰਿਵਾਰ ਜਿਹੜਾ ਉਹ ਬਹੁਤ ਹੀ ਗਰੀਬ ਤੰਗੀ ਰਾਹੀਂ ਨਿਕਲ ਰਿਹਾ। ਇਹੋ ਹੀ ਪਰਿਵਾਰ ਦੇ ਵਿੱਚ ਇੱਕੋ ਮੁੰਡਾ ਜਿਹੜਾ ਬਾਹਰ ਗਿਆ ਸੀ, ਉਹ ਵੀ ਰੁਪਈਏ 10 ਭੇਜਦਾ, ਉਹਦੇ ਨਾਲ ਇਹਨਾਂ ਰੋਜ਼ੀ ਰੋਟੀ ਚੱਲਦਾ ਸੀ। ਇੱਕੋ ਹੀ ਪਰਿਵਾਰ ਦੇ ਜੀ ਵਿੱਚ ਦੇ ਡੈਥ ਹੋਣ ਕਰਕੇ ਇਹਨਾਂ ਦੇ ਪਰਿਵਾਰ ਦਾ ਜਿਹੜਾ ਸਾਰਾ ਹੀ ਠੱਪ ਕੰਮ ਹੋ ਗਿਆ। ਔਰ ਸਾਡੀ ਇਹੋ ਹੀ ਬੇਨਤੀ ਹੈ ਕਿ ਇਹਨਾਂ ਦੀ ਜਿਹੜੀ ਉਹ ਹੈਲਪ ਕੀਤੀ ਜਾਵੇ ਅਤੇ ਲਾਸ਼ ਲਿਆਂਦੀ ਜਾਵੇ ਅਤੇ ਮਾਲੀ ਸਹਾਇਤਾ ਕੀਤੀ ਜਾਵੇ। ਤਾਂ ਕੁਵੈਤ 'ਚ ਗਿਆ ਜੀ, ਕੁਵੈਤ 'ਚ ਗਿਆ, 2.5 ਸਾਲ ਹੋ ਗਿਆ ਉਹਨੂੰ ਗਏ ਨੂੰ ਜੀ। ਵਿੱਚ ਛੁੱਟੀ ਵੀ ਹੁੰਦਾ ਸੀਗਾ, ਇੱਕ ਵਾਰੀ ਛੁੱਟੀ ਆਇਆ ਸੀਗਾ ਅਤੇ 1 ਸਾਲ ਕੁ ਪਹਿਲਾਂ ਛੁੱਟੀ ਆਇਆ ਕੋਈ ਮਹੀਨੇ ਕੁ ਦੀ, ਫਿਰ ਚਲਾ ਗਿਆ ਉੱਥੇ। ਆਹ ਕੱਲ੍ਹ ਹੀ ਪਰਸੋਂ ਉਹਨੂੰ ਫੋਨ ਆਇਆ ਵੀ ਉਹਦੀ ਤਬੀਅਤ ਜ਼ਿਆਦਾ ਖਰਾਬ ਆ, ਵੀ ਢਿੱਲੀ ਆ, ਵੀ ਉਹਨੂੰ ਤੁਸੀਂ ਇੰਡੀਆ ਮੰਗਵਾ ਲਓ। ਇਹਨਾਂ ਨੇ ਥੋੜ੍ਹਾ ਬਹੁਤਾ ਕਿ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕਵਾ ਕੇ ਅਰੇਂਜਮੈਂਟ ਕਰਕੇ ਦੇ ਉੱਥੇ ਟਿਕਟ ਕਰਵਾਈ। ਅੱਜ ਉਹਨੇ ਵਾਪਸ ਆਉਣਾ ਸੀਗਾ ਅਤੇ ਕੱਲ੍ਹ ਉਹਨਾਂ ਨੂੰ 3-4 ਵਜੇ ਤੱਕ ਮੈਸੇਜ ਆ ਗਿਆ ਵੀ ਤੁਹਾਡੇ ਮੁੰਡੇ ਦੀ ਡੈਥ ਹੋ ਚੁੱਕੀ ਆ, ਅਤੇ ਜਿਹਦੇ ਕਰਕੇ ਸਾਰਾ ਪਿੰਡ ਸੋਗ 'ਚ ਪੈ ਗਿਆ ਵੀ ਬਣਿਆ ਕੀ, ਵੀ ਡੈਥ ਜਿਹੜੀ ਆ ਬਹੁਤ ਹੀ ਘਟਨਾ ਯੋਗ ਹੋਈ ਆ। ਹਾਲਾਤ ਬਹੁਤ ਮਾੜੇ ਆ ਜੀ, ਬਹੁਤ ਮਿਹਨਤ ਮਜ਼ਦੂਰੀ ਵਿਚਾਰੇ ਕਰ ਰਹੇ ਨੇ, ਲਾਕਡਾਊਨ ਕਰਕੇ ਦਿਹਾੜੀ ਵੀ ਨਹੀਂ ਪੂਰੀ ਲੱਗਦੀ, ਜਿਹਦੇ ਕਰਕੇ ਜਿਹੜਾ ਰੋਟੀ ਪਾਣੀ ਜਾਂ ਬਹੁਤ ਇਹਨਾਂ ਦਾ ਮੁਸ਼ਕਲ ਚੱਲ ਰਿਹਾ ਜੀ। ਪਿੰਡ ਵਾਲੇ ਸਾਥ ਦੇ ਰਹੇ ਨੇ ਅਤੇ ਕਿੰਨਾ ਕੁ ਦੇਣਾ, ਆਪਦਾ ਉਹਨਾਂ ਨੂੰ ਕਮਾਉਣਾ ਪੈਣਾ, ਪਰ ਕਮਾਉਣ ਵਾਲਾ ਬੰਦਾ ਜਿਹੜਾ ਚਲਾ ਗਿਆ ਵਿੱਚ। ਕੀ ਮੰਗ ਕਰ ਰਹੇ ਸਰਕਾਰ ਕੋਲੋਂ? ਇਹੋ ਮੰਗ ਕਰਦੇ ਹਾਂ ਵੀ ਇਹਨਾਂ ਦੀ ਜਿਹੜੀ ਮੁੰਡੇ ਦੀ ਲਾਸ਼ ਆ ਉਹ ਇੱਥੇ ਲਿਆਂਦੀ ਜਾਵੇ ਔਰ ਇਹਨਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ।
कि तुसी जिंदगी दे किसी भी समस्या तो परेशान हो, कि तुहाडे व्याह विच हो रही है देरी, कि तुसी संतान सुख तो वांझे हो, कि तुहानू तुहाडा मनचाहा प्यार नहीं मिल रहा, कि तुसी लाउणा चाहुंदे हो लॉटरी दा सही नंबर, कि तुहानू नौकरी नहीं मिल रही, कि तुहाडा वीजा नहीं लग रहा, कि तुसी विदेश च पक्का होना चाहुंदे हो, धन दी कमी, बीमारी तो परेशानी, घर बैठे बिठाए ही किता जावेगा तुहाडी समस्या दा समाधान, फीस कम होण तो बाद। इन्हां सारियां समस्यावां दे पक्के हल्ले एक बार जरूर मिलो एस्ट्रोलॉजर बाबा धर्मिंदर जी नूं, जो करदे ने मुफ्त सेवा मुफ्त समाधान।